स्कैनिस पंजाब देख रहे हो तुसी ते मैं तुहाडे नाल मीनाक्षी तारीवाल इस वेले दी वड्डी खबर दा रुख करांगे। सूबे दे विच वड्डी वारदात वापरी है। जी हां, लुट दी नीयत नाल घर दे विच दाखिल होए लुटेरिया दे वलों औरत दा कतल कर दिता गया। जी हां, दस दिए कि गला घोट के औरत नूं मौत दे घाट उतारिया गया। दस दिए कि जिहड़े लुटेरे घर दे विच दो दाखिल होए सन ओह सीसीटीवी कैमरे दे विच वी कैद होए ने, जिहड़े कि घर दे विच लुट करन दे लई दाखिल होए सन अते उहनां तों लुट दी इस वारदात दे दौरान उन्होंने औरत दा कतल भी किया, जिस तों बाद इलाके दे विच दहशत दा माहौल है ते मौके ते पहुंची पुलिस दे वल्लों मामला जिहड़ा ओह दर्ज कर अगे दी जांच जिहड़ी है ओह शुरू कर दित्ती गई है। सो इस वेले दी वड्डी ते अहम खबर तुहाडे तक पहुंचा रहे हां कि लुटेरिया दे वल्लों जो घर दे विच लुट दी नीयत नाल दाखिल होए सन उहनां दे वल्लों घर दे विच मौजूद औरत दा गला घोट के कतल कर दिता गया। तां लुटेरे जिहड़े ने सीसीटीवी कैमरे दे विच वी कैद होए ने, दिखाई दे रहा साफ तौर ते कि किवें दो लुटेरे जिहड़े ने घर दे विच दाखिल होए अते उहनां दे वल्लों वारदात नूं अंजाम दित्ता गया ते फिर फरार हो गए ने। फिलहाल मौके ते पहुंची पुलिस दे वल्लों मामला दर्ज करन तों बाद कार्रवाई जिहड़ी है ओह शुरू कर दित्ती गई है। सो बरनाला दे इक रिहायशी इलाके च इह घटना वापरी है। कतल दी वड्डी वारदात, लुट दी वारदात तों बाद इस नूं अंजाम दित्ता गया। तां दस दिए कि बरनाला दे सेखा रोड गली नंबर 1 दे विच इह वारदात वापरी है, जिथे कि दो लुटेरे इक घर दे विच लुट दी नीयत दे नाल दाखिल हुंदे ने अते घर दे विच मौजूद इक औरत दे औरत नूं उहनां दे वल्लों अपना निशाना बणाया गया, उसदा कतल कर दित्ता गया। लुटेरिया ने गला घोट के औरत दा कतल कर दित्ता। सो इस पूरे मामले दी पुलिस दे वल्लों हुण गंभीरता दे नाल जांच कीती जा रही है ते पुलिस अधिकारी दा की कुछ कहना है इस पूरे मामले ते आओ तुहानू सुनाउने आ। ਇਹ ਜੀ ਅੱਜ ਸੇਖਾ ਰੋਡ ਗਲੀ ਨੰਬਰ 1 ਬਰਨਾਲਾ ਵਿੱਚ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ, ਜਿਹਦੇ ਵਿੱਚ ਕਿ ਇੱਥੋਂ ਦੇ ਵਾਸੀ ਜਸਵੰਤ ਰਾਏ ਦੇ ਘਰੇ ਅੱਜ ਦੋ ਅਣਪਛਾਤੇ ਲੁਟੇਰਿਆਂ ਵੱਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਲਈ ਉਹ ਆਏ ਸੀ। ਜਦੋਂ ਘਰ ਵਿੱਚ ਉਸ ਵਾਰਦਾਤ ਨੂੰ ਅੰਜਾਮ ਦੇਣ ਰਹੇ ਸੀ ਉਸ ਵੇਲੇ ਜਸਵੰਤ ਰਾਏ ਜੀ ਦੇ ਜਿਹੜੇ ਧਰਮ ਪਤਨੀ ਮੰਜੂ ਰਾਣੀ ਜਿਨ੍ਹਾਂ ਦੀ ਉਮਰ 49 ਸਾਲ ਸੀ ਉਹ ਉਸ ਵੇਲੇ ਉੱਥੇ ਹਾਜ਼ਰ ਸੀਗੇ ਅਤੇ ਜੋ ਹੁਣ ਤੱਕ ਦੀ ਤਫਤੀਸ਼ ਤੋਂ ਲੱਗ ਰਿਹਾ ਕਿ ਉਹਨਾਂ ਨੇ ਜਿਹੜੇ ਲੁਟੇਰੇ ਸੀ ਉਹਨਾਂ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਅਤੇ ਜਦੋਂ ਮੰਜੂ ਰਾਣੀ ਜੀ ਦੀ ਬੇਟੀ ਨੇ ਆ ਕੇ ਘਰੇ ਦੇਖਿਆ ਤਾਂ ਉਹਨਾਂ ਦੀ ਜਿਹੜੀ ਹੈ ਉਹ ਬੇਸੁੱਧ ਹਾਲਤ ਵਿੱਚ ਜਿਹੜਾ ਕਮਰੇ ਦੇ ਵਿੱਚ ਜ਼ਮੀਨ 'ਤੇ ਪਏ ਸੀ ਅਤੇ ਉਹਨਾਂ ਦਾ ਜਿਹੜਾ ਅਲਮਾਰੀਆਂ ਪੇਟੀਆਂ ਸਮਾਨ ਵਗੈਰਾ ਉਹਦੀ ਫਰੋਲਾ ਫਰਾਲੀ ਹੋਈ ਹੋਈ ਸੀ। ਉਸ ਤੋਂ ਬਾਅਦ ਤੁਰੰਤ ਮੰਜੂ ਰਾਣੀ ਨੂੰ ਸਿਵਲ ਹਸਪਤਾਲ ਬਰਨਾਲਾ ਲਿਆਇਆ ਗਿਆ ਜਿੱਥੇ ਉਹਨਾਂ ਨੂੰ ਬਰੋਡ ਡੈਡ ਜਿਹੜਾ ਡਿਕਲੇਅਰ ਕੀਤਾ ਗਿਆ। ਸੋ ਹੁਣ ਆ ਕੇ ਆਪਾਂ ਇੱਥੇ ਮੌਕੇ ਦਾ ਮੁਲਾਜ਼ਮ ਮੌਕਾ ਕੀਤਾ ਆ, ਵੱਖ ਵੱਖ ਟੀਮਾਂ ਬਣਾ ਕੇ ਉਹਨਾਂ ਦੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਉਹ ਕੁਛ ਬੰਦੇ ਆਏ ਨੇ ਜਿਹੜੇ ਦੋ ਬੰਦੇ ਮੋਟਰਸਾਈਕਲ 'ਤੇ ਆਉਂਦੇ ਨੇ, ਵੱਖ ਵੱਖ ਟੀਮਾਂ ਬਣਾ ਕੇ ਉਹਨਾਂ ਨੂੰ ਟਰੇਸ ਕਰਨ ਲਈ ਲਗਾ ਦਿੱਤਾ ਗਿਆ ਅਤੇ ਅਸੀਂ ਮੁਕੱਦਮਾ ਅਧੀਨ ਧਾਰਾ 302 IPC ਦਰਜ ਕਰਕੇ ਤਫਤੀਸ਼ ਵੀ ਸ਼ੁਰੂ ਕਰ ਦਿੱਤੀ ਹੈ। ਜਲਦ ਤੋਂ ਜਲਦ ਇਹਨਾਂ ਲੁਟੇਰਿਆਂ ਨੂੰ ਫੜ ਕੇ ਜਿਹੜਾ ਸਲਾਖਾਂ ਦੇ ਪਿੱਛੇ ਦਿੱਤਾ ਜਾਵੇਗਾ। ਦੇਖੋ ਹਾਲੇ ਤਾਂ ਉਹਦਾ ਜਿਹੜਾ ਪੋਸਟਮਾਰਟਮ ਦੀ ਰਿਪੋਰਟ ਆਏਗੀ, ਬਟ ਜੋ ਇਨੀਸ਼ੀਅਲ ਜੋ ਲਾਸ਼ ਨੂੰ ਦੇਖ ਕੇ ਲੱਗਦਾ ਹੈ ਕਿ ਉਹਨਾਂ ਦਾ ਜਿਹੜਾ ਸਾਹ ਘੁੱਟ ਕੇ ਜਿਵੇਂ ਉਹਦੇ ਉਹਨਾਂ ਦੇ ਫੇਸ ਦੇ ਉੱਤੇ ਅੰਗੂਠਿਆਂ ਦੇ ਨੌਂਦਰਾਂ ਦੇ ਨਿਸ਼ਾਨ ਨੇ, ਹੋਰ ਕੋਈ ਐਕਸਟਰਨਲ ਇੰਜਰੀ ਦਾ ਨਿਸ਼ਾਨ ਨਹੀਂ ਹੈ। ਸੋ ਉਹਨੂੰ ਦੇਖ ਕੇ ਐਂ ਲੱਗਦਾ ਕਿ ਜਦੋਂ ਉਹ ਰੌਲਾ ਪਾਉਣ ਲੱਗੇ ਸੀ ਉਹਨਾਂ ਨੂੰ ਦੇਖ ਕੇ ਤਾਂ ਉਹਨਾਂ ਨੂੰ ਰੌਲਾ ਪਾਉਣ ਦੇ ਉਹਨਾਂ ਨੂੰ ਚੁੱਪ ਕਰਾਉਂਦੇ ਕਰਾਉਂਦੇ ਹੀ ਉਹਨਾਂ ਨੇ ਉਹਨਾਂ ਦਾ ਗਲਾ ਜਿਹੜਾ ਉਹਨਾਂ ਦਾ ਸਾਹ ਘੁੱਟ ਦਿੱਤਾ ਅਤੇ ਸਾਹ ਘੁੱਟਣ ਦੇ ਨਾਲ ਹੀ ਉਹਨਾਂ ਦੀ ਮੌਤ ਹੋਈ। ਇਹਦੇ ਤੋਂ ਇਲਾਵਾ ਜੇ ਲੁੱਟ ਦੀ ਗੱਲ ਕੀਤੀ ਜਾਵੇ ਤਾਂ ਕੀ ਕੁਝ ਸਮਾਨ ਲੈਗੇ ਨੇ? ਹਲੇ ਅਸੀਂ ਉਸ ਚੀਜ਼ ਦਾ ਇਹਨਾਂ ਜਿਹੜਾ ਘਰ ਵਿੱਚ ਜਦੋਂ ਚੈਕਿੰਗ ਹਲੇ ਅਸੀਂ ਕਿਉਂਕਿ ਕ੍ਰਾਈਮ ਸੀਨ ਨੂੰ ਪ੍ਰਿਜ਼ਰਵ ਕੀਤਾ ਹੋਇਆ ਉਹਨੂੰ ਅਸੀਂ ਕੋਈ ਛੇੜਛਾੜ ਨਹੀਂ ਕੀਤੀ, ਬਟ ਜੋ ਮੁੱਢਲੇ ਤੌਰ 'ਤੇ ਉਹਨਾਂ ਦੇ ਪਤੀ ਜਸਵੰਤ ਰਾਏ ਜੀ ਨਾਲ ਗੱਲ ਕਰਕੇ ਪਤਾ ਲੱਗਿਆ ਕਿ ਕੁਛ ਕੁ ਉਹਨਾਂ ਦੇ ਗਹਿਣੇ ਵਗੈਰਾ ਕੁਛ ਸਮਾਨ ਜਿਹੜਾ ਸੀ ਪੇਟੀਆਂ ਵਿੱਚ ਸੀ ਉਹ ਮਿਸਿੰਗ ਹੈ। ਬਾਕੀ ਜਦੋਂ ਸਾਰੀ ਹੋਏਗੀ ਉਹਨਾਂ ਦੀ ਚੈਕਿੰਗ ਫਿਰ ਪਤਾ ਲੱਗੇਗਾ। ਤਾਂ ਬਰਨਾਲਾ ਦੇ ਵਿੱਚ ਦੋ ਲੁਟੇਰੇ ਇੱਕ ਘਰ ਦੇ ਵਿੱਚ ਦਾਖਿਲ ਹੁੰਦੇ ਨੇ ਲੁੱਟ ਦੀ ਨੀਅਤ ਨਾਲ, ਜਿੱਥੇ ਉਹਨਾਂ ਦੇ ਵੱਲੋਂ ਘਰ ਦੇ ਵਿੱਚ ਮੌਜੂਦ ਔਰਤ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਇਹਨਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰਦੀ ਹੈ।